ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਥੱਲੇ 40 ਮੈਂਬਰਾਂ ਦੀ ਟੀਮ, ਜਿਨ੍ਹਾਂ ਦੇ ਨਾਲ ਇੱਕ ਇੱਕ ਜਾਂ ਦੋ ਦੋ ਹੋਰ ਵੀ ਕਿਸਾਨ ਆਗੂ ਨੇ, ਸਮੇਤ ਆਪਣੀ IT ਸੈੱਲ ਦੀ ਟੀਮ ਦੇ ਵਿਗਿਆਨ ਭਵਨ ਦੇ ਵਿੱਚ ਸਰਕਾਰ ਨਾਲ ਗੱਲਬਾਤ ਕਰਨ ਲਈ ਪਹੁੰਚੇ ਹਾਂ। 7ਵੇਂ ਰਾਊਂਡ ਦੀ ਗੱਲਬਾਤ ਹੈ ਇਹ। 6 ਰਾਊਂਡਸ ਦੇ ਵਿੱਚ ਸਰਕਾਰ ਇੰਨਾ ਕੁ ਹੀ ਸਾਡੀਆਂ ਮੰਗਾਂ ਮੰਨਣ ਲਈ ਤਿਆਰ ਹੋਈ ਹੈ ਸੀ, ਜਿਹਦੇ ਵਿੱਚੋਂ ਦੋ, ਇੱਕ ਪੋਲਿਊਸ਼ਨ ਵਾਲੀ ਅਤੇ ਦੂਸਰੀ ਜੋ ਪਾਵਰ ਬਿੱਲ 2020 ਵਾਲੀ। ਇਹ ਕੋਈ 15-20% ਤੱਕ ਹੀ ਮੈਂ ਸੋਚਦਾ ਕਿ ਇਹਦੇ ਵਿੱਚ ਸਾਡੀ ਮੰਗਾਂ ਨੂੰ ਮੰਨਣ ਵਾਸਤੇ ਸਰਕਾਰ ਤਿਆਰ ਹੋਈ ਹੈ। ਲੇਕਿਨ 80-85% ਦੋ ਹੈਵੀ ਮੰਗਾਂ ਨੇ, ਜਿਹੜੀਆਂ ਮੁੱਖ ਮੰਗਾਂ ਨੇ, ਵੱਡੀਆਂ ਮੰਗਾਂ ਨੇ, ਜਿਨ੍ਹਾਂ ਵਿੱਚ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਅਤੇ ਨਾਲ MSP ਦੀ ਐਜ਼ ਪ੍ਰਿੰਸੀਪਲ ਇੱਕ ਗਰੰਟੀ ਦੇ ਕੇ ਉਹਦਾ ਫਿਰ ਅੱਗੇ ਉਹਦੇ ਡਿਟੇਲਸ ਘੜਨ ਵਾਸਤੇ ਉਹਦੇ ਤੌਰ ਤਰੀਕੇ ਕੀ ਅਪਣਾਉਣੇ ਨੇ ਉਹਦੇ 'ਤੇ ਗੱਲ ਕਰਨਾ। ਇਹ ਦੋ ਇਸ਼ੂ ਦੇ ਉੱਤੇ ਸਾਡਾ ਸਰਕਾਰ ਦੇ ਨਾਲ ਇੱਕ ਤਰ੍ਹਾਂ ਦਾ ਫਸਿਆ ਹੋਇਆ, ਬਿਲਕੁਲ ਸਿੰਘ ਫਸੇ ਹੋਏ ਨੇ। ਅੱਜ ਦੀ ਗੱਲਬਾਤ ਦੇ ਵਿੱਚ ਕਹਿੰਦੇ ਨੇ ਕਿ ਕਾਫੀ ਪ੍ਰੈਸ਼ਰ ਹੈ ਸਰਕਾਰ 'ਤੇ, ਅੰਦੋਲਨ ਤੇਜ਼ ਹੋਇਆ ਹੋਇਆ, ਵੱਡਾ ਹੋ ਗਿਆ ਹੋਇਆ, ਸਾਰੇ ਪਾਸਿਓਂ ਪ੍ਰੈਸ਼ਰ ਹੈ। ਸੋ ਇਸ ਹਾਲਾਤ ਦੇ ਵਿੱਚ ਮੈਨੂੰ ਲੱਗਦਾ ਕਿ ਸਰਕਾਰ ਨੂੰ ਜ਼ਰੂਰ ਹੀ ਝੁਕਣਾ ਚਾਹੀਦਾ, ਮੰਨਣਾ ਚਾਹੀਦਾ। ਪਰ ਜੋ ਹਾਲਾਤ ਸਰਕਾਰ ਬਾਰੇ ਸੁਣੀਦੇ ਨੇ, ਜਿਸ ਕਿਸਮ ਦਾ ਇਹਨਾਂ 'ਤੇ ਦਬਾਅ ਹੈ, WTO ਦਾ, ਕਾਰਪੋਰੇਟ ਘਰਾਣਿਆਂ ਦਾ, ਅਤੇ ਖੁਦ ਜਿੱਦੀ ਹਿੰਡੀ ਕਿਸਮ ਦੀ ਸਰਕਾਰ ਹੈ, ਉਹਦੇ ਵਿੱਚ ਹੋ ਸਕਦਾ ਕਿ ਸਰਕਾਰ ਅਜੇ ਵੀ 3 ਕਾਨੂੰਨਾਂ ਬਾਰੇ ਕੁਛ ਵੀ ਸੋਚਣ ਤੋਂ ਜਾਂ ਮੰਨਣ ਤੋਂ ਇਨਕਾਰੀ ਹੋਵੇ। ਅਸੀਂ ਅੱਜ ਇਹ ਗੱਲਬਾਤ ਤੋਂ ਬਾਅਦ ਅੰਦੋਲਨ ਦੇ ਨਵੇਂ ਰੂਪ ਰੇਖਾ ਜਿਹੜੀਆਂ ਉਹ ਘੜ ਕੇ ਐਲਾਨ ਕਰ ਦਿੱਤੀਆਂ ਹੋਈਆਂ ਨੇ। ਅੰਦੋਲਨ ਹੋਰ ਤਿੱਖਾ ਹੋਊਗਾ, ਤੇਜ਼ ਹੋਊਗਾ, ਵਿਸ਼ਾਲ ਹੋਊਗਾ, ਦੇਸ਼ ਵਿਆਪੀ ਨਹੀਂ ਸੰਸਾਰ ਵਿਆਪੀ ਹੋ ਗਿਆ ਅੰਦੋਲਨ ਇਹ। ਸੋ ਅੱਜ ਇਸ ਗੱਲਬਾਤ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਵਿਸ਼ਵਾਸ ਦਿਵਾਉਣਾ ਕਿ ਅਸੀਂ ਕਿਸਾਨ ਜਥੇਬੰਦੀਆਂ ਦੇ ਜਿਹੜੇ ਲੀਡਰ ਲੋਕ ਤੁਸੀਂ ਸਾਨੂੰ ਜਿਨ੍ਹਾਂ 'ਤੇ ਵਿਸ਼ਵਾਸ ਕਰਕੇ ਭੇਜਿਆ, ਅਸੀਂ ਤੁਹਾਡੀਆਂ ਪੂਰੀਆਂ ਉਹਨਾਂ ਇੱਛਾਵਾਂ ਦੇ ਉੱਤੇ, ਤੁਹਾਡੇ ਵਿਸ਼ਵਾਸ ਦੇ ਉੱਤੇ ਪੂਰੇ ਉਤਰਾਂਗੇ। ਅਤੇ ਅਸੀਂ ਜ਼ਰੂਰ ਹੀ ਕਿਸਾਨਾਂ ਦੀਆਂ ਸਾਰੀਆਂ ਮੰਗਾਂ, ਜਿਨ੍ਹਾਂ ਵਾਸਤੇ ਤੁਸੀਂ ਸਾਡੇ ਤੋਂ ਆਸ ਮੰਨ ਲਓ, ਉਹਦੇ 'ਚ ਅਖੀਰ ਤੱਕ ਲੜਦੇ ਹੋਏ ਤੁਹਾਨੂੰ ਕਾਮਯਾਬੀ ਦਿਵਾਵਾਂਗੇ। ਧੰਨਵਾਦ। ਮੈਂ ਸਰਵਣ ਸਿੰਘ ਭਦੇਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਜਨਰਲ ਸਕੱਤਰ ਬੋਲਦਾ ਜੀ। ਅੱਜ ਆਪਣੀ ਕੇਂਦਰ ਸਰਕਾਰ ਨਾਲ ਗੱਲਬਾਤ ਹੋਣ ਜਾ ਰਹੀ ਆ, ਇਹ 7ਵੇਂ ਦੌਰ ਦੀ ਗੱਲਬਾਤ ਆ ਅਤੇ ਆਪਣੀ ਜਥੇਬੰਦੀ ਪਹਿਲੀਆਂ ਗੱਲਾਂ ਬਾਤਾਂ 'ਚ ਨਹੀਂ ਸੀ ਸ਼ਾਮਿਲ ਹੋ ਸਕੀ। ਅੱਜ ਅਸੀਂ ਫੈਸਲਾ ਕੀਤਾ ਜਿਵੇਂ ਸਾਰੇ ਪੰਜਾਬ ਦੇ ਲੋਕ ਕੇਂਦਰ ਦੇ ਖਿਲਾਫ਼ ਸਾਰਿਆਂ ਨੂੰ ਇੱਕ ਥਾਂ ਇਕੱਠਾ ਵੇਖਣਾ ਚਾਹੁੰਦੇ ਆ। ਪਿਛਲੇ 4-5 ਦਿਨਾਂ ਤੋਂ ਕੋਈ ਸਰਕਾਰ ਦਾ ਇਸ ਕਿਸਮ ਦਾ ਬਿਆਨ ਵੀ ਨਹੀਂ ਆਇਆ ਹੈਗਾ ਅਤੇ ਬਾਕੀ ਅਸੀਂ ਸਾਰਿਆਂ ਨੇ ਰਲ ਕੇ 26 ਜਨਵਰੀ ਦਾ ਗਣਰਾਜ ਦਿਹਾੜਾ ਮਨਾਉਣ ਦਾ, ਟਰੈਕਟਰ ਪਰੇਡ ਕਰਨ ਦਾ ਆਪਣਾ ਪ੍ਰੋਗਰਾਮ ਵੀ ਦਿੱਤਾ ਹੋਇਆ। ਸੋ ਬਾਕੀ ਗੱਲਾਂ ਜਿਹੜੇ ਸਾਡੇ ਮੇਨ ਮੁੱਦੇ ਨੇ ਵੀ ਖੇਤੀ ਦੇ 3 ਕਾਨੂੰਨ ਜਿਹੜੇ ਆ ਉਹ ਵਾਪਸ ਸਰਕਾਰ ਲਵੇ, ਉਹਦੀ ਪ੍ਰਕਿਰਿਆ 'ਤੇ ਸਾਡੇ ਨਾਲ ਬਹਿ ਕੇ ਗੱਲ ਕਰੇ। ਇਹ ਤੋਂ ਗਾਂ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਲੈ ਕੇ ਆਵੇ ਅਤੇ ਉਹ ਕਾਨੂੰਨ ਦਾ ਕੀ ਖਲੜਾ ਹੋਵੇ, ਉਹਦੇ 'ਤੇ ਵਿਚਾਰ ਚਰਚਾ ਹੋਵੇ, ਜਾਂ ਜਿਹੜੇ 2 ਕਾਨੂੰਨਾਂ 'ਤੇ ਪਿਛਲੀ ਵਾਰੀ ਉਹਨਾਂ ਨੇ ਕੋਈ ਗੱਲਬਾਤ ਕੀਤੀ ਸੀ ਉਹਨੂੰ ਅਮਲ 'ਚ ਕਿਵੇਂ ਲਾਗੂ ਕਰਨਾ, ਉਹਨੂੰ ਲਿਖਤੀ ਉਹਦੀ ਪ੍ਰੋਗਰੈਸ ਹੋਵੇ। ਸੋ ਇਹ ਮੁੱਦੇ ਨੇ ਜਿਹਦੇ 'ਤੇ ਸਾਰੀਆਂ ਜਥੇਬੰਦੀਆਂ 'ਚ ਆ ਰਹੀਆਂ ਅਤੇ ਬਾਕੀ ਮੀਟਿੰਗ ਤੋਂ ਬਾਅਦ ਪਤਾ ਲੱਗੂਗਾ ਵੀ ਮੀਟਿੰਗ ਤੋਂ ਬਾਅਦ ਕੀ ਸਰਕਾਰ ਬੋਲਦੀ ਹੈ, ਕੀ ਉਹਦਾ ਰੋਂ ਰੁੱਖ ਰਵੱਈਆ ਵਾ। ਬਾਕੀ ਬੜਾ ਪੀਸਫੁਲੀ, ਬੜਾ ਸ਼ਾਂਤਮਈ ਤਰੀਕੇ ਨਾਲ ਅੰਦੋਲਨ, ਇਹ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਅੰਦੋਲਨ ਚੱਲ ਰਿਹਾ ਵਾ ਅਤੇ ਗਾੜੀ ਵੀ ਚੱਲਦਾ ਰਹੂਗਾ। ਅਸੀਂ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਵੀ ਜਿਹੜੇ ਅੱਗੇ ਪ੍ਰੋਗਰਾਮ ਆ ਰਹੇ ਆ ਉਹਨਾਂ ਪ੍ਰੋਗਰਾਮਾਂ ਦੀ ਉਹ ਪਿੰਡਾਂ 'ਚ ਤਿਆਰੀ ਕਰਨ, ਫੰਡ ਇਕੱਠੇ ਕਰਨ। ਤੋ ਇਸ ਤਰੀਕੇ ਨਾਲ 26 ਦੀ ਜਿਹੜੀ ਟਰੈਕਟਰ ਪਰੇਡ ਆ ਉਹਦੇ ਵਿੱਚ ਵੱਧ ਤੋਂ ਵੱਧ ਜਿਹੜੀ ਸ਼ਮੂਲੀਅਤ ਆ ਪੰਜਾਬ ਦੀ ਲੋਕਾਂ ਦੀ ਹੋਣੀ ਚਾਹੀਦੀ ਹੈ। ਧੰਨਵਾਦ।